ਪੰਜਾਬੀ ਫੂਡ ਵਿੱਚ ਗੀਤਾ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੇਂਗਣ ਦੇ ਪਕੌੜੇ ਬਣਾਉਣੇ ਦੱਸਾਂਗੇ ਦੇਖੋ ਕਿੰਨੇ ਵਧੀਆ ਮੈਂ ਬੇਂਗਣ ਦੇ ਪਕੌੜੇ ਬਣਾਏ ਇਹਨਾਂ ਪਕੌੜਿਆਂ ਨੂੰ ਤੁਸੀਂ ਗ੍ਰੀਨ ਚਟਣੀ ਦੇ ਨਾਲ ਰੈੱਡ ਸੌਸ ਨਾਲ ਅਤੇ ਟਮਾਟੋ ਸੌਸ ਨਾਲ ਖਾ ਸਕਦੇ ਹਾਂ ਦੇਖੋ ਕਿੰਨੀ ਵਧੀਆ ਮੈਂ ਗ੍ਰੀਨ ਚਟਣੀ ਬਣਾਈ ਇਹ ਰੈੱਡ ਸੌਸ ਆ ਇਹਨਾਂ ਦੋਨਾਂ ਚੀਜ਼ਾਂ ਨਾਲ ਤੁਸੀਂ ਚਾਹ ਦੇ ਨਾਲ ਖਾ ਸਕਦੇ ਹਾਂ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਆਪਾਂ ਘਰ ਦੇ ਵਿੱਚ ਬੇਂਗਣ ਦੇ ਪਕੌੜੇ ਕਿਸ ਤਰ੍ਹਾਂ ਬਣਾ ਸਕਦੇ ਹਾਂ ਬੇਂਗਣ ਦੇ ਪਕੌੜੇ ਬਣਾਉਣ ਵਾਸਤੇ ਇੱਕ ਮੈਂ ਬੇਂਗਣ ਲਿਆ ਵੱਡਾ ਬੇਂਗਣ ਆ ਇਹਨੂੰ ਕੱਟ ਕੇ ਆਪਾਂ ਬਣਾਵਾਂਗੇ ਪਕੌੜੇ ਅਤੇ ਛੋਟੇ ਸਾਈਜ਼ ਦੇ ਵੀ ਗੋਲ ਗੋਲ ਵੀ ਤੁਸੀਂ ਕੱਟ ਕੇ ਬਣਾ ਸਕਦੇ ਹਾਂ ਇਹਨੂੰ ਬਣਾਉਣ ਵਾਸਤੇ ਮੈਂ ਅੱਧੀ ਕੌਲੀ ਬੇਸਣ ਦੀ ਲਈ ਆ ਹਰੀਆਂ ਮਿਰਚਾਂ 6-7 ਇੱਕ ਪਿਆਜ਼ ਕੱਟ ਕੇ ਬਰੀਕ ਛੋਟਾ ਛੋਟਾ ਰੱਖ ਲਿਆ ਹਰਾ ਧਨੀਆ ਫਰੈਸ਼ ਇਹਨੂੰ ਬਣਾਉਣ ਵਾਸਤੇ ਵੈਜੀਟੇਬਲ ਓਇਲ ਲਿਆ ਮੈਂ ਤੁਸੀਂ ਇਹਨੂੰ ਸਰ੍ਹੋਂ ਦੇ ਤੇਲ ਵਿੱਚ ਵੀ ਪਕਾ ਸਕਦੇ ਹਾਂ ਅਤੇ ਉੱਧਰ ਵੈਜੀਟੇਬਲ ਓਇਲ ਨੂੰ ਮੈਂ ਕੜਾਹੀ ਦੇ ਵਿੱਚ ਪਾ ਦਿੱਤਾ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਕੇ ਕੜਾਹੀ ਨੂੰ ਜਿੰਨਾ ਚਿਰ ਤੱਕ ਆਪਣਾ ਤੇਲ ਗਰਮ ਹੁੰਦਾ ਆ ਉਨਾ ਚਿਰ ਤੱਕ ਆਪਾਂ ਸਭ ਤੋਂ ਪਹਿਲਾਂ ਬੇਂਗਣ ਕੱਟਣਾ ਸ਼ੁਰੂ ਕਰਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਇਹਦਾ ਘੋਲ ਤਿਆਰ ਕਰਾਂਗੇ ਇਸ ਤਰ੍ਹਾਂ ਬੇਂਗਣ ਦੀ ਗੰਢੀ ਨੂੰ ਪਹਿਲਾਂ ਲਾ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਗੋਲ ਗੋਲ ਪੀਸ ਕੱਟਾਂਗੇ ਇਸ ਤਰ੍ਹਾਂ ਦਾ ਸਾਈਜ਼ ਰੱਖਣਾ ਨਾ ਉਹਦਾ ਮੋਟਾ ਅਤੇ ਨਾ ਉਹਦਾ ਪਤਲਾ ਇਸੇ ਤਰ੍ਹਾਂ ਹੀ ਆਪਾਂ ਸਾਰਾ ਬੇਂਗਣ ਕੱਟ ਕੇ ਤਿਆਰ ਕਰਾਂਗੇ ਦੇਖੋ ਬੇਂਗਣ ਐਨ ਇੱਦਾਂ ਦਾ ਹੋਣਾ ਚਾਹੀਦਾ ਆ ਵੀ ਵਿੱਚੋਂ ਵੀ ਨਾ ਹੋਣ ਵਜਨ ਦੇ ਵਿੱਚ ਹਲਕਾ ਲੈਣਾ ਜਦੋਂ ਵੀ ਤੁਸੀਂ ਲੈਣਾ ਇਹ ਬਹੁਤ ਹੀ ਹਲਕਾ ਆ ਵਜਨ ਦੇ ਵਿੱਚ ਇਹਦੇ ਬੀ ਵਿੱਚ ਬੀ ਵੀ ਵਿੱਚ ਹੈ ਨਹੀਂਗੇ ਇਸ ਤੋਂ ਬਾਅਦ ਵੀ ਆਪਾਂ ਉਹਦਾ ਘੋਲ ਤਿਆਰ ਕਰਦੇ ਹਾਂ ਹੁਣ ਬੇਂਗਣਾਂ ਦੇ ਪੀਸ ਨੂੰ ਗੋਲ ਗੋਲ ਕੱਟ ਕੇ ਮੈਂ ਤਿਆਰ ਕਰ ਲਿਆ ਚਲੋ ਹੁਣ ਆਪਾਂ ਇਹਨਾਂ ਨੂੰ ਪਿੱਛੇ ਰੱਖਦੇ ਹਾਂ ਅਤੇ ਹੁਣ ਆਪਾਂ ਇਹਦਾ ਘੋਲ ਤਿਆਰ ਕਰਦੇ ਹਾਂ ਹੁਣ ਇੱਕ ਕੱਚ ਦੇ ਬਰਤਨ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਬੇਸਣ ਪਾਵਾਂਗੇ ਫਿਰ ਪਾਵਾਂਗੇ ਮਿਰਚਾਂ ਫਿਰ ਪਾਵਾਂਗੇ ਆਪਾਂ ਬਰੀਕ ਪੀਸਿਆ ਹੋਇਆ ਧਨੀਆ ਕੱਟਿਆ ਹੋਇਆ ਧਨੀਆ ਫਰੈਸ਼ ਪਿਆਜ਼ ਹਰੇ ਇਹ ਪਾਉਣ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਜਿਹੜਾ ਲੂਣ ਪਾਵਾਂਗੇ ਹੁਣ ਚਮਚੇ ਦਾ ਤੀਜਾ ਹਿੱਸਾ ਮੈਂ ਜਿਹੜਾ ਲੂਣ ਪਾਉਣ ਲੱਗੀ ਇਹ 'ਚ ਅਤੇ ਚਮਚੇ ਦਾ ਤੀਜਾ ਹਿੱਸਾ ਹਲਦੀ ਪੀਸਿਆ ਹੋਇਆ ਗਰਮ ਮਸਾਲਾ ਤੀਜਾ ਹਿੱਸਾ ਚਮਚੇ ਦਾ ਪੀਸਿਆ ਹੋਇਆ ਧਨੀਆ ਪਾਊਡਰ ਪੀਸੀ ਹੋਈ ਲਾਲ ਮਿਰਚ ਤੀਸਰਾ ਹਿੱਸਾ ਚਮਚੇ ਦਾ ਆਪਾਂ ਹਰੀ ਮਿਰਚ ਵੀ ਪਾਈ ਆ ਬਾਕੀ ਤੁਸੀਂ ਆਪਦੇ ਟੇਸਟ ਦੇ ਕੋਡ ਦੇ ਹਿਸਾਬ ਨਾਲ ਪਾ ਸਕਦੇ ਹਾਂ ਜਿੰਨਾ ਵੀ ਤੁਸੀਂ ਲਾਈਕ ਕਰਦੇ ਹਾਂ ਪਸੰਦ ਕਰਦੇ ਹਾਂ ਖਾਣਾ ਮੀਡੀਅਮ ਖਾਣਾ ਆ ਕਿ ਥੋੜ੍ਹਾ ਤੇਜ਼ ਤਿੱਖਾ ਖਾਣਾ ਆ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹਾਂ ਇਹਦੇ ਹਿਸਾਬ ਇਸ ਤੋਂ ਬਾਅਦ ਵੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਹੁਣ ਇੱਕ ਕੱਪ ਵਿੱਚ ਮੈਂ ਠੰਡਾ ਪਾਣੀ ਲਿਆ ਇਹਨੂੰ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਇਹਦਾ ਬੈਟਰ ਤਿਆਰ ਕਰਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਹੁਣ ਬੈਟਰ ਜਿਹੜਾ ਮੇਰਾ ਬਣ ਕੇ ਰੈਡੀ ਆ ਦੇਖੋ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਨਾ ਬਹੁਤਾ ਗਾੜਾ ਅਤੇ ਨਾ ਪਤਲਾ ਅਤੇ ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਅੰਬਚੂਰ ਪਾਊਡਰ ਪਾਵਾਂਗੇ ਅੰਬਚੂਰ ਪਾਊਡਰ ਪਾਉਣ ਨਾਲ ਇਹਦਾ ਫਲੇਵਰ ਆ ਜਿਹੜਾ ਬਹੁਤ ਹੀ ਵਧੀਆ ਬਣ ਜਾਂਦਾ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਆ ਹੁਣ ਆਪਾਂ ਬੇਂਗਣਾਂ ਨੂੰ ਇਕੱਲਾ ਇਕੱਲਾ ਕਰਕੇ ਇਹਦੇ ਵਿੱਚ ਇੱਦਾਂ ਡਿਪ ਕਰਾਂਗੇ ਉੱਧਰ ਤੇਲ ਵੀ ਮੇਰਾ ਗਰਮ ਹੋ ਚੁੱਕਾ ਹੈ ਹੁਣ ਇਹਨੂੰ ਇਸ ਤਰ੍ਹਾਂ ਡਿਪ ਕਰਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਛੱਡ ਦੇਵਾਂਗੇ
ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਵੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਕਰ ਦੇਣਾ ਤਾਂ ਕਿ ਆਪਣੇ ਜਿਹੜੇ ਆ ਪਕੌੜੇ ਆ ਅੰਦਰੋਂ ਕੱਚੇ ਰਹਿ ਜਾਣਗੇ ਤੇ ਮੀਡੀਅਮ ਤੇਲ ਤੇ ਇਹਨੂੰ ਪਕਾਵਾਂਗੇ ਹੁਣ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ ਇਸ ਤਰ੍ਹਾਂ ਦੇਖੋ ਹੁਣ ਤੁਸੀਂ ਦੇਖ ਸਕਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਇਸ ਤਰ੍ਹਾਂ ਇਹਦੀ ਸਾਈਡ ਚੇਂਜ ਕਰਾਂਗੇ ਫਿਰ ਦੁਬਾਰੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪਕਾਵਾਂਗੇ ਦੇਖੋ ਕਿੰਨੇ ਵਧੀਆ ਇਹਨਾਂ ਦਾ ਕਲਰ ਆਇਆ ਹੁਣ ਪਕੌੜੇ ਜਿਹੜੇ ਮੇਰੇ ਦੋ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਕੇ ਤਿਆਰ ਆ ਤੁਸੀਂ ਦੇਖ ਸਕਦੇ ਹਾਂ ਦੇਖੋ ਦੋਨਾਂ ਸਾਈਡਾਂ ਤੋਂ ਇਹਨਾਂ ਦਾ ਕਲਰ ਜਿਹੜਾ ਬਰਾਊਨ ਆ ਚੁੱਕਾ ਆ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਛਾਣਨੀ ਦੀ ਸਹਾਇਤਾ ਦੇ ਨਾਲ ਇਹਨਾਂ ਦਾ ਸਾਰਾ ਤੇਲ ਜਿਹੜਾ ਡਰਾਈ ਕਰਕੇ ਇਸ ਤਰ੍ਹਾਂ ਇੱਕ ਪਲੇਟ ਦੇ ਵਿੱਚ ਪਾਈ ਜਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਕੌੜੇ ਬਣਾਵਾਂਗੇ ਦੇਖੋ ਕਿੰਨੇ ਵਧੀਆ ਪਕੌੜੇ ਬਣੇ ਆ ਬਾਕੀ ਅੱਜ ਦੀ ਵੀਡੀਓ ਮੇਰੀ ਇੱਥੇ ਤੱਕ ਸੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ